ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਨਿਸ਼ਾਨੇ ਤੇ ਆ ਖੜੋਤਾ। ਵਿਰਸਾ ਸਿੰਘ ਵਲਟੋਹਾ ਨੇ ਗੰਭੀਰ ਇਲਜ਼ਾਮ ਇਸ ਵਿਧਾਇਕ ਦੇ ਉੱਤੇ ਤੇ ਇਸ ਦੇ ਸਾਲੇ ਉੱਤੇ ਲਾਤੇ ਨੇ। ਵਿਰਸਾ ਸਿੰਘ ਵਲਟੋਹਾ ਦਾ ਬਿਆਨ ਆਇਆ ਆ ਸੀਸੀਟੀਵੀ ਫੁਟੇਜਸ ਦੇ ਉੱਤੇ, ਵਿਰਸਾ ਸਿੰਘ ਵਲਟੋਹਾ ਭੜਕਦੇ ਨਜ਼ਰ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸਾਲੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਬੰਦੂਕ ਦੀ ਨੋਕ ਤੇ ਗਰੀਬਾਂ ਦਾ ਘਰ ਹਥਿਆਉਣ ਦਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸਾਲੇ 'ਤੇ ਲੱਗਿਆ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਨਿਸ਼ਾਨੇ 'ਤੇ ਲਿਆ ਗਿਆ। ਜਸਬੀਰ ਸਿੰਘ ਸੰਧੂ ਅੰਮ੍ਰਿਤਸਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਦਾ ਸਾਲਾ ਇੰਦਰਜੀਤ ਸਿੰਘ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਗਏ ਨੇ ਕਿ ਇੰਦਰਜੀਤ ਬੰਦੂਕ ਦੀ ਨੋਕ ਦੇ ਉੱਤੇ ਕਬਜ਼ਾ ਕਰਨ ਪਹੁੰਚਿਆ ਸੀ ਗਰੀਬ ਪਰਿਵਾਰ ਦੇ ਘਰ ਦੇ ਉੱਤੇ। ਇਹ ਇਲਜ਼ਾਮ ਲਗਾਤਾਰ ਧੂਲ ਫੜਦੇ ਨਜ਼ਰ ਆ ਰਹੇ ਨੇ। ਵਿਰਸਾ ਸਿੰਘ ਵਲਟੋਹਾ ਦਾ ਵੱਡਾ ਬਿਆਨ ਆਪਣੇ ਆਪ ਦੇ ਵਿੱਚ ਵਿਵਾਦ ਖੜ੍ਹਾ ਕਰ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਤੋਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੇ ਨੇ। ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਈਆਂ ਦੇ ਵੱਡੇ ਖੁਲਾਸੇ ਵੀ ਸਾਹਮਣੇ ਆਏ ਨੇ, ਪਰ ਜਸਬੀਰ ਸਿੰਘ ਸੰਧੂ ਅੰਮ੍ਰਿਤਸਰ ਵੈਸਟ ਲਗਾਤਾਰ ਹੁਣ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਨੇ। ਦੱਸਿਆ ਜਾ ਰਿਹਾ, ਇਲਜ਼ਾਮ ਲੱਗ ਰਿਹਾ ਆ ਕਿ ਜਸਬੀਰ ਸਿੰਘ ਦਸਾਲਾ ਸਾਹਿਬ ਇੰਦਰਜੀਤ ਉਹ ਬੰਦੂਕ ਦੀ ਨੋਕ 'ਤੇ ਕਬਜ਼ਾ ਕਰਨ ਪਹੁੰਚੇ ਸਨ, ਉਹਨਾਂ ਨੇ ਗੋਲੀਆਂ ਵੀ ਚਲਾਈਆਂ, ਇਹ ਵੀ ਇਲਜ਼ਾਮ ਲੱਗੇ ਨੇ। ਵਿਰਸਾ ਸਿੰਘ ਵਲਟੋਹਾ ਨੇ ਇਹ ਇਲਜ਼ਾਮ ਲਾਏ ਨੇ। ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਹਵਾਲੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਨੇ ਇਹ ਇਲਜ਼ਾਮ ਉਹਨਾਂ ਦੇ ਉੱਤੇ ਲਾਏ ਨੇ। ਆਮ ਆਦਮੀ ਪਾਰਟੀ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ। ਕਿਸੇ ਨਾ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਛਵੀ ਨੂੰ ਹੇਠਾਂ ਸੁੱਟਣ ਦੀ ਨੀਤੀ ਵੀ ਹੋ ਸਕਦੀ ਹੈ, ਪਰ ਇਸ ਦੇ ਵਿੱਚ ਫਿਲਹਾਲ ਕਾਰਵਾਈ ਲਾਜ਼ਮੀ ਹੈ ਕਿਉਂਕਿ ਪੁਲਿਸ ਦੀ ਇੰਟਰਵੈਂਸ਼ਨ ਦੇ ਨਾਲ ਹੀ ਕੋਈ ਨਾ ਕੋਈ ਤੱਥ ਜਿਹੜਾ ਉਹ ਸਾਹਮਣੇ ਆ ਸਕਦਾ। ਫਿਲਹਾਲ ਇਲਜ਼ਾਮਾਂ ਦੀ ਲੜੀ ਚੱਲਦੀ ਪਈ ਹੈ। ਇਹ ਵੀ ਦੱਸਿਆ ਜਾ ਰਿਹਾ, ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਜਦੋਂ ਜਸਬੀਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ, ਵਿਧਾਇਕ ਨਾਲ ਗੱਲ ਕੀਤੀ ਗਈ, ਉਹਨਾਂ ਨੇ ਪਾਸਾ ਵੱਟ ਲਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੇ ਪਾਸਾ ਵੱਟ ਲਿਆ, ਉਹਨਾਂ ਨੇ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ। ਇਸੇ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਦਾ ਆਹ ਵੀ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਪ੍ਰੈਸ਼ਰ ਕਾਰਨ ਪੁਲਿਸ ਜਿਹੜੀ ਆ ਉਹ ਐਕਸ਼ਨ ਨਹੀਂ ਕਰ ਰਹੀ। ਖੈਰ, ਇਹਨਾਂ ਬਿਆਨਾਂ ਦੇ ਵਿੱਚ, ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਜਾਂਚ ਤੋਂ ਬਾਅਦ ਤੱਥ ਸਾਹਮਣੇ ਆ ਸਕਦੇ ਨੇ, ਪਰ ਵਿਰਸਾ ਸਿੰਘ ਵਲਟੋਹਾ ਜ਼ਰੂਰ ਇਸ ਉੱਤੇ ਭੜਕਦੇ ਨਜ਼ਰ ਆਏ ਨੇ। ਆਪਣੇ ਬਿਆਨਾਂ ਦੇ ਵਿੱਚ ਕੀ ਕੁਝ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਅਤੇ ਸਭ ਤੋਂ ਵੱਧ ਸਾਂਝ ਸਰਵਣ ਸਿੰਘ ਦੀ ਇੰਦਰਜੀਤ ਸਿੰਘ ਦੇ ਨਾਲ, ਜਿਹੜਾ MLA ਦਾ ਸਾਲਾ ਲੱਗਦਾ ਹੈ, ਦੋਵੇਂ ਇਕੱਠੇ ਰਹਿੰਦੇ। ਸਰਵਣ ਸਿੰਘ ਦੇ ਘਰ 'ਚ ਇੰਦਰਜੀਤ ਨੇ ਦਫ਼ਤਰ ਖੋਲ੍ਹਿਆ ਹੋਇਆ MLA ਦਾ, ਹਾਂਜੀ, ਉੱਥੇ ਉਹ ਆਵਾਜਾਈ ਅਤੇ ਉੱਥੇ ਹੁਣ ਕੀ ਹੋਇਆ, ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ, ਵਾਰ ਵਾਰ ਦਬਾਅ ਬਣਾਇਆ ਜਾਂਦਾ ਸੀ, ਮਕਾਨ ਖਾਲੀ ਕਰ ਦਿਓ ਨਹੀਂ ਤਾਂ ਅਸੀਂ ਛਿੱਤਰ ਨਾ ਕਰਾਵਾਂਗੇ, ਸਾਨੂੰ ਕਰਾਉਣਾ ਆਉਂਦਾ, ਸਰਕਾਰ ਸਾਡੀ ਹੈ। ਇਹਨਾਂ ਚਲੋ ਵਿਚਾਰੇ ਮਹਾਤੜਾਂ ਨੇ ਹੱਥ ਪੱਲਾ ਜੋੜਨਾ, ਹਾਂਜੀ, ਅਤੇ ਕੁਦਰਤੀ ਬੱਚਿਆਂ ਨੂੰ ਗੁੱਸਾ ਵੀ ਚੜ੍ਹਦਾ ਆ, ਬੱਚਿਆਂ ਨੇ ਕਹਿਣਾ ਤੂੰ ਮਾਮਾ ਲੱਗਦਾ ਵੀ ਤੂੰ ਸਾਡੇ ਕੋਲੋਂ ਖਾਲੀ ਕਰਵਾਏਂਗਾ, ਕੁਦਰਤੀ ਕਹੂਗਾ ਹੀ ਕਹੂਗਾ, ਅਸੀਂ ਕਰਾਉਣਾਂਗੇ, MLA ਹੈ, ਸਾਡੀ ਸਰਕਾਰ ਹੈ। ਇਹ ਸਰਵਣ ਸਿੰਘ ਅਤੇ ਇੰਦਰਜੀਤ ਸਿੰਘ ਇਹ ਵਾਰ ਵਾਰ ਆਣ ਕੇ ਧਮਕੀਆਂ ਦਿੰਦੇ ਰਹੇ ਅਤੇ ਅਖੀਰ ਇਹ ਪਰਿਵਾਰ ਸੱਤ ਕੇ MLA ਕੋਲ ਗਏ ਕਿ ਭਾਈ ਤੇਰਾ ਸਾਲਾ ਅਤੇ ਤੇਰਾ ਚਹੇਤਾ ਸਰਵਣ ਸਿੰਘ ਜੀ ਦੇ ਘਰ ਤੇਰਾ ਦਫ਼ਤਰ ਆ, ਉਹ ਸਾਡਾ ਮਕਾਨ, ਸਾਡਾ ਥਾਂ ਖੋਣਾ ਚਾਹੁੰਦੇ ਆ, ਮਕਾਨ ਖੋਣਾ ਚਾਹੁੰਦੇ ਆ, ਸਾਨੂੰ ਧਮਕੀਆਂ ਦਿੰਦੇ ਆ ਕਿ ਸਾਡੀ ਸਰਕਾਰ ਅਤੇ ਫਰਜ਼ ਤਾਂ ਇਹੀ ਬਣਦਾ ਸੀਗਾ ਵੀ ਇਹ ਕਿਵੇਂ ਕਰ ਸਕਦੇ ਆ, ਜਾਓ ਮਗਰ ਮੈਂ ਬੈਠਾ ਤੁਹਾਡੇ, ਤੁਹਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ। ਅਤੇ ਇਹਨਾਂ ਨੂੰ ਕਹਿੰਦਾ ਮੈਂ ਨਹੀਂ ਆਉਂਦਾ ਇਹਦੇ ਵਿੱਚ, ਮੈਂ ਨਹੀਂ ਆਉਣਾ ਇਹਦੇ 'ਚ, ਤੁਸੀਂ ਜਾਣੋ, ਉਹ ਜਾਣਨ, ਮਤਲਬ ਸਿੱਧੀ ਗੱਲ ਕਿ ਤੁਸੀਂ ਮੇਰੇ ਕੋਲ ਕੀ ਲੈਣ ਆ ਗਏ ਜੇ। ਹੋਇਆ ਉਹੀ ਕਿ ਸਰਵਣ ਸਿੰਘ ਅਤੇ ਇੰਦਰਜੀਤ
ਤੇ ਪਤਾ ਨਹੀਂ ਇੱਕ ਕੋਈ ਭੱਟੀ ਭੱਟੀ ਹੈ ਸ਼ਨੀ ਸ਼ਨੀ ਭੱਟੀ ਹਾਂਜੀ ਹੈ ਸ਼ਨੀ ਭੱਟੀ ਦੇ ਇੱਕ ਕੋਈ ਮੈਦਾਨ ਪਾਉਣ ਮੈਦਾਨ ਜੀ ਨੇ ਇਲੈਕਸ਼ਨ ਲੜਨੀ ਹੋਣੀ ਐਮਸੀ ਦੀ ਹਾਂਜੀ ਅਵਨੀਤ ਇਹ ਜਿਹੜੇ ਸਾਰੇ ਨੇ ਹਮ ਮਸ਼ਵਰਾ ਹੋ ਕੇ ਆਏ ਇਹਨਾਂ ਦੇ ਘਰੇ ਆਣ ਕੇ ਧਾਵਾ ਬੋਲਿਆ ਵੀ ਆ ਫਿਰ ਆਓ ਫਿਰ ਹੁਣ ਤੁਹਾਡੇ ਤੋਂ ਖਾਲੀ ਕਰਾਉਣੇ ਆ ਉੱਥੇ ਬੱਚੇ ਨੂੰ ਖਿੱਚ ਕੇ ਲੈ ਗਏ ਬਾਹਰ ਉਹਨੂੰ ਕੁੱਟਿਆ ਮਾਰਿਆ ਅਤੇ ਉਹਦੇ ਗੋਲੀ ਮਾਰੀ ਅੱਜ ਹਸਪਤਾਲ 'ਚ ਦਾਖਲ ਹੈ ਅਤੇ ਮਾਂ ਦਾ ਚਿਹਰਾ ਵੇਖ ਲਓ ਮਾਂ ਦੇ ਉੱਤੇ ਕੀ ਬੀਤਦੀ ਆ ਉਹਦਾ ਬਾਪ ਬੈਠਾ ਆ ਉੱਤੇ ਕੀ ਬੀਤਦੀ ਆ ਆਹ ਉਹਨਾਂ ਦੇ ਪਰਿਵਾਰ ਦੇ ਮੈਂਬਰ ਬੈਠੇ ਆ ਆਹ ਸਾਡੇ ਉਸ ਹਲਕੇ ਦੇ ਇੰਚਾਰਜ ਸਾਹਿਬ ਦਰਬਾਗ ਸਿੰਘ ਜੀ ਇਹ ਬੈਠੇ ਨੇ ਇਸ ਕਰਕੇ ਵੀ ਮੇਰਾ ਤਾਂ ਸਿੱਧਾ ਸਵਾਲ ਹੈ ਮੁਕੱਦਮਾ ਦਰਜ ਹੋ ਗਿਆ ਕਿਉਂ ਕਰਨਾ ਪੈਣਾ ਸੀਗਾ ਗੋਲੀ ਬੜੀ ਕਸੂਤੀ ਵੱਜੀ ਸੀਗੀ ਜੇ ਮੁਕੱਦਮਾ ਦਰਜ ਹੋ ਗਿਆ ਆ ਕਮਿਸ਼ਨਰ ਸਾਹਿਬ ਤੁਸੀਂ ਤਾਂ ਬੜੇ ਇੰਟੈਲੀਜੈਂਟ ਜੇ ਬਹੁਤ ਲਾਇਕ ਅਫਸਰ ਜੇ ਅਸੀਂ ਤੁਹਾਡੇ ਸਾਰੇ ਦੀ ਕਦਰ ਕਰਦੇ ਹਾਂ ਹੁਣ ਕਿਹਦਾ ਦਬਾਅ ਆ ਕਿ ਦੋਸ਼ੀ ਨਹੀਂ ਫੜੇ ਜਾ ਰਹੇ ਆਹ MLA ਆ ਜੀ ਆ ਗਿਆ ਨਜ਼ਰ ਆਹ ਨੀਲੀ ਪਾਗਲਾ ਜਿਹੜਾ ਆ ਇਹ ਸਾਲਾ ਸਾਹਿਬ ਨੇ ਜਿਹੜੇ ਕਹਿੰਦੇ ਕਿ ਲੱਥ ਬੜੇ ਆ ਪਰ ਮੈਂ ਵਰਤਦਾ ਨਹੀਂ ਗਾ ਉਹ ਤੇਰੇ ਯਾਰ ਸੱਜੇ ਹੱਥ ਖੜੋਤਾ ਉਹ ਹਾਂਜੀ ਹੁਣ ਸਾਲਾ ਭਣੋਈਏ ਦੀ ਜੋੜੀ ਤੇ ਟਿੱਚ ਬਚਨਾਂ ਦੀ ਜੋੜੀ ਬਣੀ ਬੈਠੀ ਹੈ ਤੇ ਤੂੰ ਕਹਿੰਦਾ ਕਿ ਮੈਂ ਵਰਤਦਾ ਹੀ ਨਹੀਂ ਗਾ ਇੱਕ ਇਹ ਆਹ ਸਣੀ ਜਿਹੜਾ ਹੈ ਜਿਹੜਾ ਕਹਿੰਦਾ ਕਿ ਮੇਰੀ ਇਹਨਾਂ ਨਾਲ ਸਾਂਝ ਕੋਈ ਨਹੀਂ ਆਹ ਸਣੀ ਹੈ ਇੱਕ ਆ ਕੀ ਪਵਨੀਤ ਮੈਦਾਨ ਹਾਂਜੀ ਆਹ ਜਿਹੜਾ ਜਿਹਨੇ ਇਲੈਕਸ਼ਨ ਲੜਨੀ ਹੈ ਪਵਨੀਤ ਪਵਨੀਤ ਮੈਦਾਨ ਜਿਹਨੇ ਇਲੈਕਸ਼ਨ ਲੜਨੀ ਹੈ ਇਹਦਾ ਦਫ਼ਤਰ ਜਿਹੜਾ ਆ ਆਮ ਆਦਮੀ ਪਾਰਟੀ ਦਾ ਸਰਵਣ ਦੇ ਘਰੇ ਆ ਹਾਂਜੀ ਆਹ ਆਹ ਦਫ਼ਤਰ ਆ ਅੱਜ ਇੱਥੇ ਬੋਰਡ ਲੱਗਾ ਆ ਅਤੇ ਨਾਲ ਦਾ ਜਿਹੜਾ ਆ ਘਰ ਕਿਉਂਕਿ ਅੱਧੋ ਵੱਧ ਸੀਗਾ ਉਹ ਇਹਨਾਂ ਦਾ ਹਾਂਜੀ ਅਤੇ ਆਹ ਇਹਨਾਂ ਕੋਲ ਕਾਗਜ਼ ਆ ਬਕਾਇਦਾ ਲਿਖਤ ਹੋਈ ਆ ਜਿਹੜਾ ਇਹਨਾਂ ਨੇ 4 ਸਾਲ ਪਹਿਲਾਂ ਉਸ ਬੀਬੀ ਕੋਲੋਂ ਜਿਹੜੀ ਸਰਵਣ ਦੀ ਭਰਜਾਈ ਆ ਉਹਦੇ ਕੋਲੋਂ ਲਿਖਾਇਆ ਸੀ। Subscribe to One India channel and never miss an update.